ਵੱਢਣ ਵਾਲੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ ਉਹ ਵੀ ਇਹੋ ਜੀਆਂ ਬਦਫੈਲੀਆਂ ਕਰਦਾ ਸੀ ਪਰ ਅੱਜ ਉਸ ਪਵਿੱਤਰ ਅਸਥਾਨ ਦੇ ਨੇੜੇ ਤੇੜੇ ਵੀ ਇਹ ਬਦਫੈਲੀਆਂ ਆਏ ਦਿਨ ਹੋ ਰਹੀਆਂ ਨੇ ਇਹ ਸਿੱਖਾਂ ਦਾ ਬਹੁਤ ਸਥਾਨ ਦਾ ਗਲਤ ਮੈਸੇਜ ਦੁਨੀਆ ਤੱਕ ਗਿਆ ਵਾ ਕਿ ਕੱਲ ਨੂੰ ਕਿ ਉੱਥੇ ਕੀ ਕਰੇਗਾ ਕਿ ਦਰਬਾਰ ਸਾਹਿਬ ਦੇ ਨੇੜੇ ਤੇੜੇ ਇਦਾਂ ਦੇ ਕੰਮ ਵੀ ਹੁੰਦੇ ਨੇ ਪ੍ਰਧਾਨ ਸਾਹਿਬ ਨੂੰ ਬੇਨਤੀ ਆ ਕਿ ਤੁਸੀਂ ਕਮਿਸ਼ਨਰ ਸਾਹਿਬ ਜਾਂ ਡੀਸੀ ਸਾਹਿਬ ਨੂੰ ਕਹਿ ਕੇ ਪ੍ਰਸ਼ਾਸਨ ਨੂੰ ਕਹਿ ਕੇ ਇਹੋ ਜਿਹੇ ਬੰਦਿਆਂ 'ਤੇ ਨਕੇਲ ਕੱਸੋ ਅਤੇ ਇਹਨਾਂ 'ਤੇ ਕਾਨੂੰਨੀ ਕਾਰਵਾਈ ਕਰਾਓ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਹੈ ਅਤੇ ਬੇਨਤੀ ਵੀ ਆ ਕਿ ਭਾਈ ਸਾਹਿਬ ਜੀ ਇਹੋ ਜਿਹੇ ਬੰਦਿਆਂ ਨੂੰ ਨੱਕ 'ਚ ਉਹਨਾਂ ਨਕੇਲ ਪਾਲੋ ਯੈਸ ਨਹੀਂ ਨਹੀਂ ਥੈਂਕ ਯੂ ਬੜੀ ਰੂਮ ਬਤਾਓ ਥੈਂਕ ਯੂ ਥੈਂਕ ਯੂ ਥੈਂਕ ਯੂ ਚਾਹੀਏ ਆਲਰੇਡੀ ਰੂਮ ਕਰਕੇ ਹੈ ਮੇਰੇ ਕੋ ਮੇਰੀ ਬਾਤ ਸੁਣੋ ਇੱਕ ਵਾਰ ਹਾਂ ਜੀ ਰਾਤੀ ਮੇਰੇ ਤੱਕ ਇੱਕ ਵੀਡੀਓ ਪਹੁੰਚੀ ਆ ਜਿਸ ਵਿੱਚ ਇੱਕ ਦਾ ਯੂਬਰ ਨਾਂ ਦਾ ਇੱਕ ਕਸ਼ਮੀਰੀ ਜਿਹੜਾ ਬਲੌਗਰ ਆ ਜਿਹੜਾ ਕਾਫੀ ਫੇਮਸ ਆ ਔਰ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਇੱਕ ਵੀਡੀਓ ਰਾਹੀਂ ਕੁਛ ਨਾ ਕੁਛ ਜਨਤਾ ਤੱਕ ਚੰਗਾ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਔਰ ਲੱਖਾਂ ਉਹਦੇ ਫੋਲੋਅਰ ਨੇ ਪਿਛਲੇ ਦਿਨ ਹੀ ਉਹ ਅੰਮ੍ਰਿਤਸਰ ਦੇ ਵਿੱਚ ਆਇਆ ਅਤੇ ਅੰਮ੍ਰਿਤਸਰ ਦੇ ਨੇੜੇ ਤੇੜੇ ਜਿਹੜੇ ਹੋਟਲਾਂ ਵਾਲੇ ਪ੍ਰਾਈਵੇਟ ਹੋਟਲਾਂ ਵਾਲੇ ਹੁੰਦੇ ਨੇ ਉਹਨਾਂ ਨੇ ਆਪਣਾ ਸਟਾਫ ਰੱਖਿਆ ਹੁੰਦਾ ਵਾ ਉਹ ਵੀਡੀਓ ਵਿੱਚ ਸਾਫ਼ ਨਜ਼ਰ ਆ ਰਿਹਾ ਵਾ ਕਿ ਉਹ ਬਲੌਗਰ ਨੂੰ ਆਣ ਕੇ ਉਹ ਕਮਰਾ ਪੁੱਛਦਾ ਪਹਿਲਾਂ ਔਰ ਉਹਦੇ ਵੱਲੋਂ ਨਾ ਕੀਤੀ ਜਾਂਦੀ ਕਿ ਬਾਈ ਮੇਰੇ ਕੋਲ ਕਮਰਾ ਹੈਗਾ ਬਾਅਦ ਵਿੱਚ ਉਹਨੇ ਡਾਇਰੈਕਟਲੀ ਪੁੱਛਿਆ ਗਿਆ ਨੇ ਆਪਣੀ ਔਕਾਤ ਦਿਖਾਤੀ ਉਹਨੇ ਕਿ ਜੇ ਕੋਈ ਕੁੜੀ ਚਾਹੀਦੀ ਆ ਤਾਂ ਦੱਸ ਅਤੇ ਉਹ ਕਹਿੰਦਾ ਕਿ ਨਹੀਂ ਥੈਂਕ ਯੂ ਪਰ ਹੁਣ ਗੱਲ ਸੋਚਣ ਵਾਲੀ ਇਹ ਹੈ ਕਿ ਉਸ ਮੁਕੱਦਸ ਜਗ੍ਹਾ 'ਤੇ ਕਿਸੇ ਵੇਲੇ ਜਿਹੜਾ ਸੀ ਸਿਰ ਵੱਢਣ ਵਾਲੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ ਉਹ ਵੀ ਇਹੋ ਜਿਹੀਆਂ ਬਦਫੈਲੀਆਂ ਕਰਦਾ ਸੀ ਪਰ ਅੱਜ ਉਸ ਪਵਿੱਤਰ ਅਸਥਾਨ ਦੇ ਨੇੜੇ ਤੇੜੇ ਵੀ ਇਹ ਬਦਫੈਲੀਆਂ ਆਏ ਦਿਨ ਹੋ ਰਹੀਆਂ ਨੇ ਸੋ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਨੇੜੇ ਤੇੜੇ ਦਾ ਜਿਹੜਾ ਮਾਹੌਲ ਆ ਉਹਨੂੰ ਧਿਆਨ 'ਚ ਰੱਖਦੇ ਹੋਇਆਂ ਗੁਰ ਜਿਹੜਾ ਸਾਡਾ ਪਵਿੱਤਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਆ ਉਹਦੀ ਪਵਿੱਤਰਤਾ ਨੂੰ ਮੁੱਖ ਰੱਖਦੇ ਹੋਇਆਂ ਇਹ ਸਿੱਖਾਂ ਦਾ ਬਹੁਤ ਸਥਾਨ ਦਾ ਗਲਤ ਮੈਸੇਜ ਦੁਨੀਆ ਤੱਕ ਗਿਆ ਵਾ ਕਿ ਕੱਲ੍ਹ ਨੂੰ ਕੋਈ ਉੱਥੇ ਕੀ ਕਰੇਗਾ ਕਿ ਦਰਬਾਰ ਸਾਹਿਬ ਦੇ ਨੇੜੇ ਤੇੜੇ ਇੱਦਾਂ ਦੇ ਕੰਮ ਵੀ ਹੁੰਦੇ ਨੇ ਸੋ ਇਹ ਪੰਜਾਬ ਦੀ ਧਰਤੀ ਆ ਇਹ ਕੰਮ ਜਿਹੜੇ ਆ ਬਾਹਰ ਦੇਖਣ ਨੂੰ ਤਾਂ ਮਿਲਦੇ ਨੇ ਪਰ ਪੰਜਾਬ ਦੇ ਵਿੱਚ ਨਹੀਂ ਪਰ ਜੇ ਕੋਈ ਇੱਦਾਂ ਦਾ ਸ਼ਰਾਰਤੀ ਅਨਸਰ ਇੱਦਾਂ ਦੀ ਕੰਮ ਕਰਦਾ ਹੈ ਤਾਂ ਉਹਨੂੰ ਨੱਥ ਪਾਉਣੀ ਵੀ ਬਣਦੀ ਆ ਸੋ ਪ੍ਰਧਾਨ ਸਾਹਿਬ ਨੂੰ ਬੇਨਤੀ ਆ ਕਿ ਤੁਸੀਂ ਕਮਿਸ਼ਨਰ ਸਾਹਿਬ ਜਾਂ ਡੀਸੀ ਸਾਹਿਬ ਨੂੰ ਕਹਿ ਕੇ ਪ੍ਰਸ਼ਾਸਨ ਨੂੰ ਕਹਿ ਕੇ ਇਹੋ ਜਿਹੇ ਬੰਦਿਆਂ 'ਤੇ ਨਕੇਲ ਕੱਸੋ ਅਤੇ ਇਹਨਾਂ 'ਤੇ ਕਾਨੂੰਨੀ ਕਾਰਵਾਈ ਕਰਾਓ ਅਤੇ ਹੋਰ ਜਿਹੜੇ ਕਰਦੇ ਹੋਣਗੇ ਉਹ ਵੀ ਕਮ ਸੇ ਕਮ ਸ਼ਿਕੰਜੇ 'ਚ ਆ ਜਾਣਗੇ ਜਿਸ ਤਰ੍ਹਾਂ ਇੱਥੇ ਦੇਖਿਆ ਗਿਆ ਕਿ ਦਰਬਾਰ ਸਾਹਿਬ ਦੇ ਨੇੜੇ ਤੇੜੇ ਕੁਛ ਨਜਾਇਜ਼ ਹੋਟਲ ਵੀ ਬਣੇ ਹੋਏ ਆ ਉੱਥੇ ਨਜਾਇਜ਼ ਗਲਤ ਕੰਮ ਵੀ ਹੁੰਦੇ ਆ ਕਿ ਇਹਦੀ ਪ੍ਰਸ਼ਾਸਨ ਕੀ ਸੁਧਬਦ ਕਦੀ ਨਹੀਂ ਲਈ ਪ੍ਰਸ਼ਾਸਨ ਵੱਲੋਂ ਜਾਗਿਆ ਨਹੀਂ ਹਜੇ ਤੱਕ ਦੇਖੋ ਬੇਨਤੀ ਇੱਦਾਂ ਵਾ ਕਿ ਜਿੱਥੋਂ ਦੀ ਵੀਡੀਓ ਨਾ ਇਹਦੇ ਬਿਲਕੁਲ ਨਾਲ ਹੀ ਅੰਦਰ ਕੋਤਵਾਲੀ ਥਾਣਾ ਇਹ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਪ੍ਰਸ਼ਾਸਨ ਦੀ ਅਣਗਹਿਲੀ ਹੈ ਪ੍ਰਸ਼ਾਸਨ ਦੀ ਉੱਥੇ ਤਾਂ ਡਿਊਟੀਆਂ ਲੱਗੀਆਂ ਹੁੰਦੀਆਂ ਨੇ ਆਏ ਦਿਨ ਅਸੀਂ ਖੁਦ ਆਪ ਦੇਖਦੇ ਹਾਂ ਭਾਈ ਹੈਗੇ ਉੱਥੇ ਇੱਦਾਂ ਦੇ ਜੇ ਸ਼ਰੇਆਮ ਅਗਲਾ ਬੰਦਾ ਪੁੱਛ ਰਿਹਾ ਵਾ ਤਾਂ ਨੈਚੁਰਲੀ ਕੰਮ ਹੁੰਦੇ ਹੋਣਗੇ ਨਾ ਠੀਕ ਹੈ ਕਣੀ ਬੇਸ਼ੱਕ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਹਦੂਦ ਤੋਂ ਬਾਹਰ ਆ ਪਰ ਹਰ ਇੱਕ ਬੰਦੇ ਦੀ ਉੱਥੇ ਆਸਥਾ ਵਾ ਗਲਤ ਮੈਸੇਜ ਸਿੱਖਾਂ ਦਾ ਜਾਂਦਾ ਹੈ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਆ ਇਹ ਬੰਦੇ ਨੂੰ ਫੜਨਾ ਜੇ ਕੱਲ੍ਹ ਨੂੰ ਪ੍ਰਸ਼ਾਸਨ ਜਦੋਂ ਸਾਡੇ ਵਰਗਾ ਕੋਈ ਜਥੇਬੰਦੀ ਵਾਲਾ ਜਾਂ ਨਿਹੰਗ ਸਿੰਘ ਜਥੇਬੰਦੀ ਕੋਈ ਆਉਂਦੀ ਆਪਣੀ ਹਰਕਤ ਦੇ ਵਿੱਚ ਤਾਂ ਪ੍ਰਸ਼ਾਸਨ ਜਿਹੜਾ ਵਾ ਉਹ ਸਾਡੇ 'ਤੇ ਹੀ ਉਲਟਾ ਇਹ ਐਲੀਗੇਸ਼ਨ ਲਾ ਕੇ ਸਾਡੇ 'ਤੇ ਪਰਚਾ ਦਰਜ ਕਰਦੇ ਨੇ ਸਾਨੂੰ ਪਰਵਾਹ ਨਹੀਂ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਹੈ ਅਤੇ ਬੇਨਤੀ ਵੀ ਆ ਕਿ ਭਾਈ ਸਾਹਿਬ ਜੀ ਇਹੋ ਜਿਹੇ ਬੰਦਿਆਂ ਨੂੰ ਨੱਕ 'ਚ ਨਕੇਲ ਪਾਲੋ ਨਹੀਂ ਤਾਂ ਫਿਰ ਸਿੰਘ ਜਿਹੜੀ ਉਹ ਪੌਣ ਜਾਣਦੇ ਨੇ ਸਾਨੂੰ ਜਿੱਦਣ ਇਹੋ ਜਿਹਾ ਕੋਈ ਬੰਦਾ ਟੱਕਰ ਗਿਆ ਭਾਈ ਫਿਰ ਆਪਾਂ ਛਿੱਤਰ